ਸੰਖਿਆ ਚੱਕਰ। ਇਸ ਖੇਡ ਵਿੱਚ ਬੱਚੇ ਨਵੀਆਂ ਸੰਖਿਆਵਾਂ ਬਣਾਉਣਾ ਅਤੇ ਸਥਾਨਕ ਮੁੱਲ ਸਿੱਖਣਗੇ। ਸਭ ਤੋਂ ਪਹਿਲਾਂ ਜ਼ਮੀਨ ਤੇ ਦੋ ਗੋਲੇ ਬਣਾਓ। ਅੰਦਰ ਦੇ ਛੋਟੇ ਗੋਲੇ ਵਿੱਚ ਇਕਾਈ ਲਿਖੋ, ਬਾਹਰ ਦੇ ਵੱਡੇ ਗੋਲੇ ਵਿੱਚ ਦਹਾਈ ਲਿਖੋ। ਗੋਲੇ ਤੋਂ ਥੋੜੀ ਦੂਰ ਇੱਕ ਰੇਖਾ ਖਿੱਚੋ ਤਾਂ ਕਿ ਬੱਚੇ ਉਸ ਕੋਲ ਖੜੇ ਹੋ ਕੇ ਖੇਡਣ। ਸੰਖਿਆ ਲਿਖਣ ਲਈ ਗੋਲੇ ਕੋਲ ਇੱਕ ਅਜਿਹੀ ਸੂਚੀ ਬਣਾਓ। ਸੰਖਿਆ ਚੱਕਰ ਖੇਡ ਦੇ ਕੁਝ ਨਿਯਮ ਹਨ। ਇਸ ਖੇਡ ਲਈ ਅਸੀਂ 9 ਕੰਕਰ ਲੈਣੇ ਹਨ, ਕਿਉਂਕਿ ਇਸ ਇੱਕ ਗੋਲੇ ਵਿੱਚ ਸਾਰੇ ਕੰਕਰ ਡਿੱਗੇ ਤਾਂ ਉਸਦਾ ਸਥਾਨਕ ਮੁੱਲ ਬਦਲ ਜਾਵੇਗਾ। ਲਾਈਨ ਦੇ ਉੱਪਰ ਜਾਂ ਗੋਲੇ ਦੇ ਬਾਹਰ ਪਏ ਕੰਕਰਾਂ ਨੂੰ ਅਸੀਂ ਨਹੀਂ ਗਿਣਾਂਗੇ, ਅਸੀਂ ਸਿਰਫ ਗੋਲੇ ਦੇ ਅੰਦਰ ਪਏ ਕੰਕਰਾਂ ਨੂੰ ਹੀ ਗਿਣਾਂਗੇ। ਚਲੋ ਹੁਣ ਖੇਡ ਸ਼ੁਰੂ ਕਰਦੇ ਹਾਂ। ਬੱਚਿਆਂ ਨੇ ਰੇਖਾ ਦੇ ਕੋਲ ਖੜੇ ਹੋ ਕੇ ਕੰਕਰ ਸੁੱਟਣੇ ਹਨ। ਜਿਵੇਂ ਅਸੀਂ ਤੈਅ ਕੀਤਾ ਹੈ ਕਿ ਰੇਖਾ ਦੇ ਉੱਪਰ ਜਾਂ ਗੋਲੇ ਦੇ ਬਾਹਰ ਪਏ ਕੰਕਰਾਂ ਨੂੰ ਅਸੀਂ ਨਹੀਂ ਗਿਣਾਂਗੇ, ਉਹਨਾਂ ਨੂੰ ਅਸੀਂ ਹਟਾ ਦੇਵਾਂਗੇ। ਹੁਣ ਗੋਲਿਆਂ ਦੇ ਅਨੁਸਾਰ ਕੰਕਰਾਂ ਨੂੰ ਇਕੱਠਾ ਕਰੋ। ਦਹਾਈ ਗੋਲੇ ਤੇ ਕੰਕਰ ਗਿਣੋ। 1, 2, 3। ਦਹਾਈ ਦੇ ਘਰ ਵਿੱਚ 3 ਲਿਖੋ। ਹੁਣ ਇਕਾਈ ਗੋਲੇ ਦੇ ਕੰਕਰ ਗਿਣੋ। 1, 2। ਇਕਾਈ ਦੇ ਘਰ ਵਿੱਚ 2 ਲਿਖੋ। ਹੁਣ ਦਹਾਈ ਗੋਲੇ ਦੇ ਕੰਕਰਾਂ ਨੂੰ ਸਥਾਨਕ ਮੁੱਲ ਦੇ ਨਾਲ ਗਿਣੋ। 10, 20, 30। ਦਹਾਈ ਗੋਲੇ ਦੇ ਕੰਕਰਾਂ ਦੇ ਨਾਲ ਜੋੜਦੇ ਹੋਏ ਇਕਾਈ ਦੇ ਗੋਲੇ ਦੇ ਕੰਕਰ ਗਿਣੋ। 31, 32। ਬਣੀ ਹੋਈ ਸੰਖਿਆ ਨੂੰ ਸੂਚੀ ਵਿੱਚ ਲਿਖੋ। ਸੰਖਿਆ ਚਾਰਟ ਵਿੱਚ ਸੰਖਿਆ ਦਿਖਾਓ ਅਤੇ ਪੜ੍ਹੋ। 32। ਬੱਚਿਓ, ਤੁਸੀਂ ਇਸੇ ਤਰ੍ਹਾਂ ਹੀ ਅੱਗੇ ਖੇਡਦੇ ਰਹੋ ਅਤੇ ਸਥਾਨਕ ਮੁੱਲ ਨਾਲ ਨਵੀਆਂ ਨਵੀਆਂ ਸੰਖਿਆਵਾਂ ਬਣਾਉਂਦੇ ਜਾਓ। ਧੰਨਵਾਦ।